ਸਾਨੂੰ ਸਮਿਤੀ ਤਿੰਨ ਵੱਡੇ ਖੇਤਰਾਂ 'ਚ ਕੰਮ ਕਰ ਰਹੀ ਹੈ। ਸਭ ਤੋਂ ਪਹਿਲਾਂ ਵੱਡਾ ਖੇਤਰ ਹੈਗਾ ਜੀ ਵਾਤਾਵਰਣ ਦਾ ਖੇਤਰ। ਜਨ ਸਮਿਤੀ ਨੂੰ ਇਹ ਸਿਹਰਾ ਜਾਂਦਾ ਹੈ ਕਿ ਪਟਿਆਲਾ ਦੀ ਜਿਹੜੀ ਸ਼ਾਨ ਹੈ ਬਾਰਾਂਦਰੀ ਉਹਨੂੰ ਬਚਾ ਕੇ ਰੱਖਣ 'ਚ, ਉਹਨੂੰ ਮੇਨਟੇਨ ਕਰਨ 'ਚ ਤੇ ਉਹਦੀ ਖੂਬਸੂਰਤੀ ਵਧਾਉਣ 'ਚ ਜਨ ਸਮਿਤੀ ਦਾ ਬਹੁਤ ਵੱਡਾ ਯੋਗਦਾਨ ਹੈ। ਦੂਜਾ ਯੋਗਦਾਨ ਜਿਹੜਾ ਹੈਗਾ ਉਹ ਜਨ ਸਮਿਤੀ ਵੱਲੋਂ ਸਿਹਤ ਦੇ ਖੇਤਰ ਵਿੱਚ ਪਾਇਆ ਜਾ ਰਿਹਾ, ਜਿੱਥੇ ਹਰ ਵਾਰ ਲਗਭਗ ਹਰ ਹਫ਼ਤੇ ਮੈਡੀਕਲ ਕੈਂਪ ਉਰੇ ਲਗਾ ਕੇ, ਚੈੱਕਅਪ ਕੈਂਪ ਲਗਾ ਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉੱਥੇ ਜਿਹੜੀ ਸਮੇਂ ਸਮੇਂ 'ਤੇ ਜਿਹੜੀ ਹੈਗੀ ਹੈ ਮੈਰਾਥਨ ਕਰਵਾ ਕੇ ਵੀ ਲੋਕਾਂ ਨੂੰ ਸਿਹਤ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਕੀਤਾ ਜਾਂਦਾ ਹੈ। ਮੈਂ ਆਨੰਦ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ ਵੀ ਆਪਾਂ ਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੇ ਰੁਝੇਵਿਆਂ 'ਚ ਜਾਂ ਇੰਨੇ ਕੁ ਮਸ਼ਰੂਫ ਹੋਏ ਹੁੰਦੇ ਹਾਂ ਕਿ ਸਾਨੂੰ ਜਿਹੜਾ ਹੈਗਾ ਚੈੱਕਅਪ ਅਸੀਂ ਕਰਾਉਂਦੇ ਨੇ ਛੋਟੇ ਛੋਟੇ, ਭਾਵੇਂ ਉਹ ਮਤਲਬ BP ਚੈੱਕਅਪ ਹੋਵੇ, ਭਾਵੇਂ ਉਹ ਸ਼ੂਗਰ ਦਾ ਹੋਵੇ। ਆਨੰਦ ਸਾਹਿਬ ਮੈਂ ਦੱਸੂਗਾ ਮੈਂ ਵੀ ਨਹੀਂ ਅੱਜ ਤੱਕ ਕਰਾਇਆ, ਮੇਰੀ ਉਮਰ 47 ਸਾਲ ਦੀ ਹੋ ਗਈ ਸੀ ਅਤੇ ਪਿਛਲੀ ਵਾਰ ਆ ਕੇ ਮੈਂ ਵੀ ਉਰੇ ਹੀ ਕਰਾਇਆ। ਜਦਕਿ ਕੋਈ ਸਾਧਨਾਂ ਦੀ ਕਮੀ ਨਹੀਂ ਹੈ, ਕੋਈ ਟਾਈਮ ਦੀ ਕਮੀ ਨਹੀਂ ਹੈ, ਪਰ ਅਸੀਂ ਬਹੁਤ ਬੜਲਟਾ ਹੈਗਾ ਅਣਗੌਲਿਆਂ ਕਰ ਜਾਂਦੇ ਹਾਂ। ਮੈਂ ਸ਼ਰਮਾ ਜੀ ਨੂੰ ਅਤੇ ਸਮੁੱਚੀ ਟੀਮ ਨੂੰ ਇਸ ਲਈ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਜਿੱਥੇ ਸਾਰੇ ਸ਼ਹਿਰ ਦੀਆਂ ਪ੍ਰੋਮੀਨੈਂਟ ਹਸਤੀਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਇੱਕ ਦੂਜੇ ਨੂੰ ਮਿਲਣ ਦਾ, ਉਹਨਾਂ ਨੂੰ ਜਾਣਨ ਦਾ, ਜਿਹੜਾ ਹੈਗਾ ਆਪਸੀ ਭਾਈਚਾਰਾ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਲੇ ਕਰ ਰਹੇ ਹੋ, ਉੱਥੇ ਤੁਸੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਵੀ ਕਰ ਰਹੇ ਹੋ ਅਤੇ ਲੋਕਾਂ ਨੂੰ ਜਿਹੜਾ ਹੈਗਾ ਮੈਡੀਕਲ ਕੈਂਪ ਲਗਾ ਕੇ ਉਹਨਾਂ ਨੂੰ ਇੱਕ ਸਹੂਲਤ ਵੀ ਮੁਹੱਈਆ ਕਰਾ ਰਹੇ ਹੋ। ਜਨਹਿਤ ਸੰਸਥਾ ਸ਼ੁਰੂ ਤੋਂ ਹੀ ਇਹ ਪ੍ਰਯਾਸ ਕਰਦੀ ਆ ਰਹੀ ਹੈ ਕਿ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣ। ਅੱਜ ਤੱਕ ਇਸ ਸੰਸਥਾ ਵੱਲੋਂ ਕਿਤਨੇ ਹੀ ਅਨੇਕਾਂ ਹੀ ਕੈਂਪ ਜਿਹੜੇ ਨੇ ਮੈਡੀਕਲ ਚੈੱਕਅਪ ਕੈਂਪ ਇਸੇ ਜਗ੍ਹਾ 'ਤੇ ਇਸੇ ਬਾਰਾਦਰੀ 'ਚ ਲਗਾਏ ਗਏ ਨੇ। ਜਨਹਿਤ ਸੰਸਥਾ ਨੇ ਆਪਣੇ ਮੋਢਿਆਂ ਉੱਤੇ ਤੁਹਾਡੀ ਸਿਹਤ ਸੰਭਾਲ ਦਾ ਜ਼ਿੰਮਾ ਲੈ ਰੱਖਿਆ। ਇਹ ਕੇਵਲ ਮੈਡੀਕਲ ਚੈੱਕਅਪ ਕੈਂਪ ਹੀ ਨਹੀਂ ਕਰਾਉਂਦੇ, ਤੁਹਾਡੇ ਸ਼ਹਿਰ ਦੀਆਂ ਜਿਹੜੀਆਂ ਸਹੂਲਤਾਂ ਨੇ ਬਾਰਾਦਰੀ ਵਿੱਚ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਦੇ ਨਾਲ ਨਾਲ ਹੀ ਇਹ ਸਮੇਂ ਸਮੇਂ 'ਤੇ ਰਨ ਕਰਾਉਂਦੇ ਰਹਿੰਦੇ ਨੇ, ਮੈਰਾਥਨ ਕਰਵਾਉਂਦੇ ਰਹਿੰਦੇ ਨੇ ਤਾਂ ਕਿ ਸਾਡੇ ਸ਼ਹਿਰੀ ਜਿਹੜੇ ਉਹਦੇ ਵਿੱਚ ਭਾਗ ਲੈ ਕੇ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ। ਇਹ ਇਹੀ ਕਾਫੀ ਨਹੀਂ ਹੈ, ਇਹਨਾਂ ਨੇ ਇੰਨੀਆਂ ਅਨੇਕਾਂ ਸਹੂਲਤਾਂ ਜਿਹੜੀਆਂ ਨੇ ਉਹ ਸਾਨੂੰ ਪ੍ਰਦਾਨ ਕਰ ਰੱਖੀਆਂ ਨੇ, ਜਿਵੇਂ ਕਿ ਐਂਬੂਲੈਂਸ ਸੇਵਾ ਹੈ, ਲੜਕੀਆਂ ਨੂੰ ਸਿਲਾਈ ਸਿਖਾਉਣ ਦੀ ਸੇਵਾ ਹੈ, ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦੇਣ ਦੀ ਸੇਵਾ ਹੈ, ਗਰੀਬਾਂ ਨੂੰ ਦਵਾਈਆਂ ਲੈਣ ਵਾਸਤੇ ਮਦਦ ਦੇਣ ਦੀ ਸੇਵਾ ਹੈ, ਜਿਹੜੇ ਅਪਾਹਜ ਲੋਕ ਨੇ ਉਹਨਾਂ ਨੂੰ ਜਿਹੜੇ ਟ੍ਰਾਈਸਾਈਕਲ ਅਤੇ ਹੋਰ ਗੈਜਟਸ ਜਿਹੜੇ ਨੇ ਉਹ ਵੀ ਪ੍ਰੋਵਾਈਡ ਕਰਨ ਦੀ ਸੇਵਾ ਹੈ। ਤਾਂ ਮੈਂ ਸਮਝਦਾ ਜੇ ਜਨਹਿਤ ਸੰਸਥਾ ਇੱਕ ਐਸਾ ਕੰਮ ਕਰ ਰਹੀ ਹੈ ਲੋਕ ਭਲਾਈ ਦਾ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ। ਦੇਖੋ ਜੀ, ਬਾਰਾਂਦਰੀ ਦੇ ਵਿੱਚ ਜੋ ਲੋਕ ਆਉਂਦੇ ਆ, ਬੜੀ ਸੋਹਣੀ ਗੱਲ ਆ, ਬੜੇ ਲੋਕ ਅਵੇਅਰ ਹੋਏ ਆ ਆਪਣੀ ਸਿਹਤ ਦੇ ਬਾਰੇ। ਦੇਖਦਾ ਮੈਂ ਹਰ ਰੋਜ਼ ਕਿ ਇੰਨੇ ਲੋਕ ਆਉਂਦੇ ਆ ਕਿ ਇਹੋ ਜਿਹੀ ਮਾਹੌਲ ਤੁਹਾਨੂੰ ਕਿਸੇ ਵੀ ਫੋਰਨ ਕੰਟਰੀਆਂ 'ਚ ਨਹੀਂ ਮਿਲੂਗਾ। ਸਾਡੀ ਖੁਸ਼ਕਿਸਮਤੀ ਇਹ ਹੈ ਕਿ ਇੰਨੀ ਸੋਹਣੀ ਬਾਰਾਂਦਰੀ ਸਾਡੇ ਸ਼ਹਿਰ ਦੇ ਵਿੱਚ ਹੈਗੀ ਆ, ਔਰ ਲੋਕਾਂ ਨੂੰ ਮੈਕਸੀਮਮ ਸ਼ਰਮਾ ਜੀ ਬਹੁਤ ਮਿਹਨਤ ਕਰਦੇ ਆ, ਉਹਨਾਂ ਦੇ ਦੋਸਤ ਜੋ ਹੈ ਉਹ ਵੀ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਇਸ ਨੂੰ ਚਲਾਉਣ ਲਈ। ਅੱਜ ਕੈਂਪ ਲੱਗਾ, ਬੜੀ ਅੱਛੀ ਗੱਲ ਹੈਗੀ ਆ ਕਿ ਜਿਹੜੇ ਕੈਂਪ ਦੇ ਵਿੱਚ ਲੋਕ ਆਉਂਦੇ ਆ ਉਹ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਕਿ ਸਿਸਟਮ ਨਾਲ ਆਉਣ ਔਰ ਲੋਕਾਂ ਨੂੰ ਮੈਕਸੀਮਮ ਵਧੀਆ ਸਹੂਲਤਾਂ ਦੇਣ ਤਾਂ ਕਿ ਲੋਕ ਮੈਕਸੀਮਮ ਆ ਕੇ ਇੱਥੇ ਆਪਣੇ ਟੈਸਟ ਕਰਾਉਣ। ਇਹ ਇੱਕ ਬੜੀ ਵਧੀਆ ਚੀਜ਼ ਹੈਗੀ ਕਿ ਇੱਥੇ ਫ੍ਰੀ ਟੈਸਟ ਕੀਤੇ ਜਾਂਦੇ ਆ, ਤੁਸੀਂ ਹਰ ਪੈਸੇ ਲੱਗਦੇ ਆ। ਬੜੀ ਖੁਸ਼ੀ ਦੀ ਗੱਲ ਆ ਕਿ ਸ਼ਰਮਾ ਜੀ ਇਸ ਤਰ੍ਹਾਂ ਅਰੇਂਜ ਕਰਦੇ ਰਹਿੰਦੇ ਆ, ਇਹਨੇ ਦੋਸਤ ਇਹਨਾਂ ਦੀ ਮਦਦ ਕਰਦੇ ਰਹਿੰਦੇ ਆ, ਅਤੇ ਮੈਂ ਸ਼ਰਮਾ ਜੀ ਨੂੰ ਵਧਾਈ ਦਿੰਦਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿ ਇਹੋ ਜਿਹੇ ਕੈਂਪ ਜਿਹੜੇ ਲੱਗਦੇ ਨੇ ਤਾਂ ਕਿ ਲੋਕ ਫਿਜ਼ੀਕਲੀ ਆਪਣੇ ਆਪ ਨੂੰ ਫਿੱਟ ਰੱਖਣ ਅਤੇ ਆਪਣੇ ਸਿਹਤ ਬਾਰੇ ਅਵੇਅਰ ਹੋਣ ਤਾਂ ਕਿ ਕੋਈ ਛੋਟੀ ਮੋਟੀ ਬਿਮਾਰੀ ਉਹਨਾਂ ਨੂੰ ਨਾ ਲੱਗੇ। ਮੈਂ ਬੜਾ ਧੰਨਵਾਦੀ ਹਾਂ। ਯੂਜ਼ੁਅਲ ਮੈਂ ਤਾਂ ਇਹ ਜਿਹੜਾ ਸਾਰਾ ਸ਼੍ਰੇਅ ਦੇਣਾ ਚਾਹਾਂਗਾ ਉਹ ਵਿਨੋਦ ਸ਼ਰਮਾ ਜੀ ਦੀ ਅਗਵਾਈ ਵਿੱਚ ਇਹ ਸਾਰਾ ਕੁਝ ਹੋ ਰਿਹਾ, ਅਤੇ ਇਟ ਇਜ਼ ਅਨਦਰ ਫੀਦਰ ਇਨ ਹਿਸ ਕੈਪ, ਇਟ ਇਜ਼ ਐਡੀਸ਼ਨ ਟੂ ਵਟ ਸਰਵਿਸਿਜ਼ ਹੀ ਹੈਡ ਬੀਨ ਡੂਇੰਗ ਅਰਲੀਅਰ ਬਾਈ ਵੇ ਆਫ ਔਰਗਨਾਈਜ਼ਿੰਗ ਮੈਡੀਕਲ ਕੈਂਪ। ਔਰ ਇਹ ਜਿਹੜੀ ਨਵੀਂ ਇਹਨਾਂ ਨੇ ਸ਼੍ਰਿੰਖਲਾ ਜਾਰੀ ਕੀਤੀ ਹੈ ਖਾਣ ਪਾਣ ਦੇ ਪ੍ਰਤੀ, ਵਿਚ ਇਜ਼ ਇਕੁਅਲੀ ਇੰਪੋਰਟੈਂਟ।
तो मैं तो इन्ना ही कहना चाहवागा कि शर्मा जी के जोड़े उपराले है आप सारू मिलजुल अनुसरण करना चाहिए और जो भी असं कुछ संस्था वास्ते कर सकते हैं वो शुड डू फॉर द सेक फॉर द हेल्थ ऑफ अवर कम्यूनिटी। मैं तो बार बार ही जेंटलमैन विनोद शर्मा जी का बहुत बहुत आभार प्रकट करता अपने अपने समूह टीम मैंबर तरफों। तो इट्स वेरी गुड गेस्टर फ्रॉम मिस्टर विनोद शर्मा जन समिति और नाल साडे प्रमुख प्रधानमंत्री जी चमन लाल गर्ग जी गरेवाल साहब जगतार सिंह गद्दी जी तो नाल ही साडे हरजिंदर सिंह जनरल तो आए तो चमन अपने जिन्हें भी साडे बिजी साहब थे असं अज इतने कैंप लगाया हैल्थ अवेयरनैस कैंप जिसे असी सहारा हॉस्पिटल के डॉक्टर अशोक जोशी जी आए हैं साढ़े नाल ही डॉक्टर हंसराज जी आई स्पैशलिस्ट हैं जो पार्सो करते हैं वह भी सी तो असं कोशिश कर रहे हैं भी लोगों को अवेयरनैस कैंप लगाइए जिसे सानू सहारा हॉस्पिटल वाले बड़ी फैसिलिटी देते हैं बीपी शुगर ईसीजी प्लस ही नालों सानू आजाद नैचुरल केयर थेरेपी वे उन्होंने सारी टीम आई भी है लोगों को हेल्थ प्रति अवेयरनैस करना डाइट नू किवें खाना जो कि अजकल ये जरा ईयर है मिल्स का ईयर है तो असं वो सानू उन्होंने नैचुरल केयर देखे तो देख रहे हो किन्ने लोग पार्टिसिपेट कर रहे हैं। मैं तुम सारे रिक्वेस्ट कराँगा कि साढ़े जी मैंबर बनो सू माउंटेन डोनेट ग्रुप देखे जाए। दूसरा असी विसाखी डे रन 13 अप्रैल में कर जा रहे हैं मेरे लोगों को रिक्वेस्ट है भी सारे वे पार्टिसिपेट करो जिसे 10 किलोमीटर 5 किलोमीटर 2 किलोमीटर 1 किलोमीटर रन बच्चों वास्ते है तुम विसाखी डे वाले दिन जरूर आओ तो इस साडे कैंप में आए साडे विसाखी डे में इंजॉय करो उत्तर बड़े अच्छे सिंगर भी आ रहे हैं तो इस चीज़ का फायदा करो।